ਅਮਰਜੀਤ ਗੁਰਦਾਸਪੁਰੀ ਦੇਸ਼ ਦੀ ਵੰਡ ਤੋਂ ਬਾਅਦ ਚ ਜਿਹੜੇ ਜਿਉਂਦੇ ਜਾਗਦੇ ਪੰਜਾਬੀ ਸੱਭਿਆਚਾਰ ਦੇ ਪਛਾਣ ਚਿੰਨ ਨੇ, ਉਹਨਾਂ ਵਿੱਚੋਂ ਬਹੁਤ ਹੀ ਪ੍ਰਮੁੱਖ ਨਾਂ ਹੈ। ਉਹਦਾ ਕਾਰਨ ਇੱਕ ਤਾਂ ਇਹ ਆ ਵੀ ਮੇਰੇ ਬਚਪਨ ਦੇ ਵੇਲਿਆਂ ਚ ਉਦੋਂ ਅਮਰਜੀਤ ਗੁਰਦਾਸਪੁਰੀ ਦਾ ਰੰਗ ਜਿਹੜਾ ਸੀ ਉਹ ਇੰਝ ਲੱਗਦਾ ਸੀ ਜਿਵੇਂ ਰਾਵੀ ਤੇ ਉਰਾਰ ਪਾਰ ਦੀ ਜਿਹੜੀ ਗਾਇਕੀ ਉਹ ਪੇਸ਼ ਕਰ ਰਿਹਾ। ਉਦੋਂ ਇੰਨੀ ਸਮਝ ਨਹੀਂ ਸੀ ਕਿ ਸੰਪਰਕ ਕਰਕੇ ਤੇ ਪਤਾ ਕੀਤਾ ਜਾਵੇ ਕਿ ਇਹ ਕਿਉਂ ਹੈ ਸਾਰਾ ਕੁਛ, ਪਰ ਪਤਾ ਇਹ ਲੱਗਿਆ ਕਿ ਕੋਈ ਗਵਈਆ ਜਿਹੜਾ ਉਹਨਾਂ ਦੇ ਪਿੰਡ 'ਚ ਰਹਿੰਦਾ ਸੀ ਬਚਪਨ ਵਿੱਚ, ਉਹ ਆਪਣੀ ਆਵਾਜ਼ ਜਾਣ ਲੱਗਾ ਇਹਨਾਂ ਨੂੰ ਫੜਾ ਗਿਆ, ਅੰਦਾਜ਼ ਦੇ ਗਿਆ, ਕਿਉਂਕਿ ਜ਼ੈਲਦਾਰ ਦਾ ਪੁੱਤਰ ਸੀ ਅਮਰਜੀਤ ਗੁਰਦਾਸਪੁਰੀ, ਘਰ ਦੇ ਵਿੱਚ ਸੁੱਖ ਸਹੂਲਤਾਂ ਸੀ, ਇਸ ਕਿਸਮ ਦੇ ਕੰਮ ਨੂੰ ਵਾਧੂ ਘੱਟੂ ਕੰਮ ਸਮਝਿਆ ਜਾਂਦਾ ਰੱਜਿਆ ਪੁੱਜਿਆ ਘਰਾਂ 'ਚ, ਪਰ ਅਮਰਜੀਤ ਨੇ ਉਹ ਲਕੀਰ ਤੋੜੀ, ਟੱਪੀ ਉਲੰਘੀ ਪੂਰੀ ਦੀ ਪੂਰੀ ਲਕੀਰ। ਕਾਰਨ ਕੀ ਸੀ ਕਿ ਅੰਦਰ ਜਿਹੜੀ ਅਗਨ ਬਾਲ ਗਿਆ ਸੀ ਉਹ ਜਾਣ ਵਾਲਾ ਬਾਬਾ ਦਰਸ਼ੋ, ਜਾਂ ਉਸ ਵਕਤ ਦੇ ਜਿਹੜੇ ਬਾਕੀ ਸਮਕਾਲੀ ਜਿਹੜੇ ਉਸ ਕਿਸਮ ਦੀ ਗਾਇਕੀ ਦੇ ਸਥੰਭ ਸੀ ਉਸ ਇਲਾਕੇ ਦੇ ਵਿੱਚ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਜ਼ੁੰਬਿਸ਼ ਜਿਹੜੀ ਸਮੁੱਚੇ ਪੰਜਾਬੀਆਂ ਨੂੰ ਜਗਾਉਣ ਵਾਲੀ ਸੀ, ਉਹ ਅਮਰਜੀਤ ਨੂੰ ਜਾਣ ਲੱਗਿਆ ਦੇ ਗਿਆ। ਅਮਰਜੀਤ ਨੂੰ ਦੇਸ਼ ਦੀ ਵੰਡ ਨੇ ਜਿਹੜੀ ਮੁਹੱਬਤ ਦੇ ਨਾਲ ਨਾਲ ਜਿਹੜੀ ਅੱਗ ਦਿੱਤੀ, ਉਸ ਅੱਗ ਨੂੰ ਪਹਿਲਾਂ ਤਾਂ ਉਹਨੇ ਇਸ ਸੁਸਾਇਟੀ ਦੇ ਸਮਾਜ ਦੇ ਉਸਾਰ ਵਾਸਤੇ ਵਰਤਿਆ। ਔਰ ਬਹੁਤ ਸਾਰੇ ਥੋੜ੍ਹੇ ਦੋਸਤ ਜਾਣਦੇ ਹੋਣੇ ਆ ਕਿ ਉਸ ਵੇਲੇ ਦੀ ਖੱਬੇ ਪੱਖੀ ਲਹਿਰ ਦਾ ਵੱਡਾ ਥੰਮ ਸੀ, ਔਰ ਬਹੁਤ ਸਮਾਂ ਉਹਨੇ ਮਾਲਵੇ 'ਚ ਗੁਜ਼ਾਰਿਆ ਜਸਵੰਤ ਸਿੰਘ ਕਮਲ ਹੋਰਾਂ ਦੀ ਹਾਜ਼ਰੀ 'ਚ, ਢੁੱਡੀ ਕੇ ਪਿੰਡ 'ਚ। ਅਮਰਜੀਤ ਗੁਰਦਾਸਪੁਰੀ ਜਦੋਂ ਇਪਟਾ ਲਹਿਰ ਦਾ ਹਿੱਸਾ ਬਣਦਾ ਤਾਂ ਉਹਦੀ ਜਿਹੜੀ ਵਰਥ ਹੈ, ਜਿਹੜੀ ਉਹਦੀ ਖੂਬਸੂਰਤੀ ਹੈ, ਉਹ ਸਮੁੱਚਾ ਵਿਸ਼ਵ ਜਾਣਨ ਲੱਗਦਾ। ਮੈਨੂੰ ਉਹ ਪਲ ਯਾਦ ਆਉਂਦੇ ਨੇ ਜਦੋਂ ਮੈਨੂੰ ਪੰਜਾਬੀ ਭਵਨ ਦੇ ਵਿੱਚ ਜਦੋਂ 50ਵੀਂ ਵਰ੍ਹੇਗੰਢ ਮਨਾਈ ਗਈ ਇਪਟਾ ਲਹਿਰ ਦੀ, ਤਾਂ ਸ਼ੌਕਤ ਆਜ਼ਮੀ ਹੋਰੀ ਉਦੋਂ ਆਏ ਸੀ ਕੈਫੀ ਆਜ਼ਮੀ ਸਾਹਿਬ ਦੇ ਨਾਲ, ਅਤੇ ਅਮਰਜੀਤ ਨੇ ਹੀਰ ਦੇ ਵਿੱਚੋਂ ਹਿੱਸਾ ਚੁੱਕਿਆ ਕਿ ਵੀਰਾ ਅੰਬੜੀ ਜਾਇਆ ਜਾ ਨਾਹੀਂ, ਅਤੇ ਜੇ ਸਪੀਡ ਨਾਲ ਗਾਇਆ ਉਹਨੇ ਸੱਤ ਜਾਣਿਓ, ਹੌਕਾ ਨਿਕਲ ਗਿਆ ਸਾਰੇ ਪੰਜਾਬੀ ਭਵਨ 'ਚ ਬੈਠੇ ਹਜ਼ਾਰਾਂ ਲੋਕਾਂ ਦਾ। ਅਤੇ ਸ਼ੌਕਤ ਆਜ਼ਮੀ ਨੇ ਬਾਅਦ 'ਚ ਕਲਾਵੇ 'ਚ ਲੈ ਕੇ ਅਮਰਜੀਤ ਨੂੰ ਪਤਾ ਕੀ ਕਿਹਾ ਸੀ, ਕਹਿਣ ਲੱਗੀ ਇਹ ਪੰਜਾਬ ਵਾਲੋ ਮੇਰਾ ਆਪਣਾ ਸਾਰਾ ਕੁਛ ਲੈ ਲਓ, ਮੇਰੇ ਕੋਲ ਅਮਰਜੀਤ ਗੁਰਦਾਸਪੁਰੀ ਦੇ ਦਿਓ। ਪਿੰਡ ਦਾ ਜ਼ੈਲਦਾਰ, ਸਫਲ ਸਰਪੰਚ, ਕਾਮਰੇਡ ਵੀ ਅਤੇ ਕਲਾਕਾਰਾਂ ਵਿੱਚ ਹਰਮਨ ਪਿਆਰਾ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਆਪਣੀ ਕੌਮ ਦੇ ਗੁਰੂਆਂ ਪ੍ਰਤੀ ਆਪਣੀ ਅਥਾਹ ਅਕੀਦਤ ਰੱਖਣ ਵਾਲਾ, ਉਸਨੇ ਬਹੁਤ ਸਾਰੇ ਧਾਰਮਿਕ ਗੀਤ ਵੀ ਗਾਏ। ਚੁੰਮ ਚੁੰਮ
ਅਸੀਂ ਇੱਕ ਕਲਾਕਾਰ ਦੇ ਤੌਰ 'ਤੇ ਜਾਣੇ ਸੀ। ਸਾਡੇ ਗੁਆਂਢ ਇੱਕ ਵਿਆਹ ਸੀਗਾ, ਉਹਦੇ ਵਿੱਚ ਉਹਨਾਂ ਨੇ ਇੱਕ ਸਿੱਖਿਆ ਬੋਲੀ ਸੀ ਕਿ ਕਿਸੇ ਧੀਆਂ ਕੀ ਬਣਾਈਆਂ, ਇੱਕ ਦਿਨ ਹੁੰਦੀਆਂ ਪਰਾਈਆਂ, ਪੰਜਾਬ ਹੁਣ ਮਾਪਿਆਂ ਨੂੰ ਦੇ ਕੇ ਲੰਮੀਆਂ ਜਦੋਂ। ਮੈਨੂੰ ਲੱਗਦਾ ਕਿ ਉਸ ਵੇਲੇ ਮੈਂ ਸਕੂਲ ਪੜ੍ਹਦੀ ਸੀ, ਅੱਠਵੀਂ ਨੌਵੀਂ ਕਲਾਸ ਦੇ ਵਿੱਚ, ਅਤੇ ਉਦੋਂ ਮੈਨੂੰ ਲੱਗਿਆ ਸੀ ਕਿ ਇੱਕ ਕਲਾਕਾਰ ਜਿਹੜਾ ਜਿਸ ਢੰਗ ਨਾਲ ਉਹਨਾਂ ਨੇ ਉਹ ਸਿੱਖਿਆ ਬੋਲੀ ਸੀਗੀ ਔਰ ਜਿੰਨੇ ਡੂੰਘਾਈ 'ਚ ਜਾ ਕੇ ਬੋਲੀ, ਔਰ ਉੱਥੋਂ ਲੱਗਦਾ ਕਿ ਇੱਕ ਬਾਪ ਦਾ ਜਿਹੜਾ ਇੱਕ ਬੇਟੀ ਲਈ ਪਿਆਰ ਹੈ, ਕਿ ਸਿੱਖਿਆ ਬੋਲਦੇ ਬੋਲਦੇ ਰੋ ਪਏ ਸੀ। ਆਪਣੇ ਬਾਪ ਤੋਂ ਜ਼ਿਆਦਾ ਪਿਆਰਾ ਇੱਕ ਬੇਟੀ ਲਈ ਹੋਰ ਦੁਨੀਆਂ 'ਤੇ ਕੁਛ ਵੀ ਨਹੀਂ ਹੁੰਦਾ। ਉਹਨਾਂ ਦੇ ਕਲਾਕਾਰ ਹੋਣ ਦਾ ਜਿੱਥੋਂ ਤੱਕ ਤਾਲੁਕ ਹੈ, ਮੈਂ ਉਹਨਾਂ ਨੂੰ ਸਭ ਤੋਂ ਵਧੇਰੇ ਸੁਣਿਆ, ਮੈਨੂੰ ਇੰਝ ਫੀਲ ਹੁੰਦਾ ਕਿਉਂਕਿ ਬਚਪਨ ਤੋਂ ਲੈ ਕੇ ਹੁਣ ਤੱਕ ਮੇਰੀ ਮੈਰਿਜ ਹੋਣ ਤੱਕ ਮੈਂ ਰੋਜ਼ਾਨਾ ਉਹਨਾਂ ਨੂੰ ਰਿਆਜ਼ ਕਰਦਿਆਂ ਵੀ ਸੁਣਿਆ ਔਰ ਮੈਂ ਉਹਨਾਂ ਦੇ ਨਾਲ ਗੁਣਗੁਣਾਉਣ ਦੀ ਕੋਸ਼ਿਸ਼ ਵੀ ਕਰਦੀ ਸੀ। ਮਾਹੀਆ ਵੇ ਕੁੱਕੀਆਂ ਦੀਆਂ ਡਾਰਾਂ, ਮਾਹੀਆ ਵੇ ਕੁੱਕੀਆਂ ਦੀਆਂ ਡਾਰਾਂ, ਮਾਹੀਆ ਵੇ ਬਾਗਾਂ 'ਚ ਕੋਇਲਾਂ, ਸਮਾਂ ਸੀ ਜਦੋਂ ਰੇਡੀਓ ਹੀ ਪੰਜਾਬ ਵਿੱਚ ਮਨੋਰੰਜਨ ਦਾ ਵੱਡਾ ਸਾਧਨ ਮੰਨਿਆ ਜਾਂਦਾ ਸੀ ਅਤੇ ਅਮਰਜੀਤ ਗੁਰਦਾਸਪੁਰੀ ਦੇ ਗਾਏ ਗੀਤ ਲੋਕਾਂ ਦੀ ਜ਼ੁਬਾਨ ਉੱਤੇ ਚੜ੍ਹ ਗਏ ਸਨ। ਮੀਡੀਅਮ ਵੇਵ 343.3 ਮੀਟਰ ਜਾਣੀ 873 ਕਿਲੋ ਹਰਟਜ਼ 'ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਆਓ ਲੋਕ ਗੀਤ ਸੁਣਦੇ ਹਾਂ। ਕਲਾਕਾਰ ਨੇ ਅਮਰਜੀਤ ਸਿੰਘ ਗੁਰਦਾਸਪੁਰੀ। ਚਿੱਟੀ ਚਿੱਟੀ ਪਗੜੀ ਤੇ ਘੁੱਟ ਘੁੱਟ ਬਨਵੇ, ਭਲਾ ਤੈਨੂੰ ਮੇਰੀ ਸੋਈ ਵਿੱਚ ਵੇ ਗੁਲਾਬੀ ਫੁੱਲ ਟੰਗਿਆ ਕਰ, ਭਲਾ ਤੈਨੂੰ ਮੇਰੀ ਸੋਈ ਵਿੱਚ ਵੇ ਗੁਲਾਬੀ ਫੁੱਲ ਟੰਗਿਆ ਕਰ। ਚਾਨਣੀ ਤੇ ਰੁਮਾਲ ਹੱਥ ਲਾਲ ਸੂਆ, ਭਲਾ ਤੈਨੂੰ ਮੇਰੀ ਸੋਈ ਸਾਡੀ ਵੀ ਗਲੀ ਚੋਂ ਕਦੀ ਲੰਘਿਆ ਕਰ, ਭਲਾ ਤੈਨੂੰ ਮੇਰੀ ਸੋਈ ਸਾਡੀ ਵੀ ਗਲੀ ਚੋਂ ਕਦੀ ਲੰਘਿਆ ਕਰ। ਅੱਗੇ ਚਰਖੀ ਰਾਂਗਲੀ ਤੇ ਪਿੱਛੇ ਪੀੜਾ ਲਾਲ, ਭਲਾ ਤੈਨੂੰ ਮੇਰੀ ਸੋਈ ਬਹਿ ਕੇ ਪਰਛਾਵੇਂ ਨੀ ਤੂੰ ਕੱਤਿਆ ਕਰ, ਭਲਾ ਤੈਨੂੰ ਮੇਰੀ ਸੋਈ ਬਹਿ ਕੇ ਪਰਛਾਵੇਂ ਨੀ ਤੂੰ ਕੱਤਿਆ ਕਰ। ਉਂਗਲੀਆਂ ਵਿੱਚ ਛੱਲੇ ਛਾਪਾਂ ਮੁੰਦਰੀਆਂ, ਭਲਾ ਤੈਨੂੰ ਮੇਰੀ ਸੋਈ ਚੀਚੀ ਦੇ ਹੁਲਾਰੇ ਤੰਦ ਸੁੱਟਿਆ। ਅਮਰਜੀਤ ਗੁਰਦਾਸਪੁਰੀ ਦੇ ਕੁਝ ਸ਼ਾਗਿਰਦ ਵੀ ਰੇਡੀਓ ਟੀਵੀ ਦੇ ਕਲਾਕਾਰ ਹਨ, ਜਿਨ੍ਹਾਂ ਵਿੱਚੋਂ ਹਰੀ ਸਿੰਘ ਰੰਗੀਲਾ ਇੱਕ ਹੈ। ਮੈਂ ਜੀ ਸੰਨ 63 ਦੇ ਵਿੱਚ
ਇਹਨਾਂ ਦਾ ਸ਼ਾਗਿਰਦ ਪਿਆ ਤਾਂ ਇਹਨਾਂ ਦਾ ਗੀਤ ਉਦੋਂ ਬਹੁਤ ਚੱਲਦਾ ਹੁੰਦਾ ਸੀ ਚਿੱਟੀ ਚਿੱਟੀ ਪਗੜੀ ਨੂੰ ਘੁੱਟ ਘੁੱਟ ਬੰਨ ਤਾਂ ਮੇਰੇ ਪਿੰਡ ਇਹਨਾਂ ਦੇ ਨਾਨਕੇ ਸਨ ਜੀ ਅਤੇ ਜਦੋਂ ਮੈਂ ਇਹਨਾਂ ਦੇ ਮਾਮਾ ਜੀ ਦੇ ਅੱਗੇ ਬੇਨਤੀ ਕੀਤੀ ਕਿ ਮੈਂ ਆਖਿਆ ਜੀ ਮੈਨੂੰ ਉਹਨਾਂ ਦਾ ਸ਼ਾਗਿਰਦ ਪਾ ਦਿਉ ਤਾਂ ਇਹਨਾਂ ਦੇ ਮਾਮਾ ਜੀ ਨੇ ਆਪਣੇ ਕੋਲ ਸੱਦਿਆ ਅਤੇ ਮੈਨੂੰ ਇਹਨਾਂ ਦੇ ਲਾਡਲਾ ਆਇਆ ਅਤੇ ਮੈਂ ਕਾਫੀ ਸਮਾਂ ਇਹਨਾਂ ਦੇ ਕੋਲ ਹੀ ਰਿਹਾ ਬੱਲੇ ਓ ਕਿਸਾਨੋ ਬੱਲੇ ਬੱਲੇ ਓ ਕਿਸਾਨੋ ਬੱਲੇ ਬੱਲੇ ਜ਼ਿਮੀਂਦਾਰੋ ਐ ਹੋਰ ਹੱਲਾ ਮਾਰੋ ਸ਼ੇਰੋ ਹੋਰ ਕੱਲਾ ਮਾਰੋ ਐ ਬੱਲੇ ਓ ਕਿਸਾਨੋ ਦੇਸ਼ ਵਿੱਚ ਵੰਡ ਦਿਓ ਹੋ ਪ੍ਰੇਮ ਤੇ ਪਿਆਰ ਨੂੰ ਨਵਾਂ ਨਵਾਂ ਰੂਪ ਚੜੋ ਪਿੰਡਾਂ ਦੀ ਬਹਾਰ ਨੂੰ ਰੰਗ ਦਿਓ ਹੋਲੀਆਂ ਰੰਗ ਦਿਓ ਹੋਲੀਆਂ ਤੇ ਹੌਸਲੇ ਆਵਾਰੋ ਐ ਹੋਰ ਹੱਲਾ ਮਾਰੋ ਛੇਰੋ ਹੋਰ ਕੱਲਾ ਮਾਰੋ ਏ ਬੱਲੇ ਓ ਕਿਸਾਨੋ ਬੱਲੇ ਬੱਲੇ ਓ ਕਿਸਾਨੋ ਬੱਲੇ ਬੱਲੇ ਜ਼ਿਮੀਂਦਾਰੋ ਐ ਹੋਰ ਹੱਲਾ ਮਾਰੋ ਛੇਰੋ ਹੋਰ ਕੱਲਾ ਮਾਰੋ ਏ ਬੱਲੇ ਓ ਕਿਸਾਨੋ ਗੁਰਦਾਸਪੁਰੀ ਦੇ ਸ਼ਾਗਿਰਦਾਂ 'ਚੋਂ ਇੱਕ ਹੋਰ ਸ਼ਾਗਿਰਦ ਸੀ ਬਲਵਿੰਦਰ ਸਿੰਘ ਘੁਮਾਨ ਵਾਲਾ ਜੋ ਕਾਫੀ ਸਾਲ ਪਹਿਲਾਂ ਇੱਕ ਸੜਕ ਦੁਰਘਟਨਾ ਵਿੱਚ ਚੱਲ ਵਸਿਆ ਸੀ ਆਓ ਉਸ ਦੀ ਗਾਇਕੀ ਦਾ ਨਮੂਨਾ ਸੁਣਦੇ ਹਾਂ ਤਿੰਨ ਧੀਆਂ ਅਤੇ ਤਿੰਨ ਪੁੱਤਾਂ ਦਾ ਪਿਤਾ ਗੁਰਦਾਸਪੁਰੀ ਪੜ੍ਹੇ ਲਿਖੇ ਅਤੇ ਖੁਸ਼ਹਾਲ ਪਰਿਵਾਰ ਦਾ ਮਾਲਕ ਏ ਸਾਰਾ ਪਰਿਵਾਰ ਉਸਦੀ ਚਾਈ ਚਾਈ ਸੇਵਾ ਅਤੇ ਸਤਿਕਾਰ ਕਰਦਾ ਏ ਲੜਕੀਆਂ ਗੁਰਿੰਦਰ